ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਨਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਹਮੇਸ਼ਾ ਅਸੀਂ ਹਰ ਬੱਚੇ ਲਈ ਇਹੀ ਅਰਦਾਸ ਕਰਦੇ ਹਾਂ ਮਾਈਗ੍ਰੇਸ਼ਨ ਜੀ ਕੋਲ ਕਿ ਹਰ ਬੱਚੇ ਦਾ ਜਿਹੜੇ ਵੀ ਬੱਚੇ ਦੀ ਫਾਈਲ ਐਮਬੈਸੀ ਚ ਲੱਗੀ ਚਾਹੇ ਸਾਡੇ ਕੋਲ ਲੱਗੀ ਚਾਹੇ ਕਿਤੇ ਬਾਹਰੋਂ ਲੱਗੀ ਜਰੂਰ ਉਹਦੀ ਉਮੀਦਾਂ ਉਹਨੀਆਂ ਜਰੂਰ ਖਰੇ ਉਤਰਨ ਉਹਦਾ ਵੀਜ਼ਾ ਜਰੂਰ ਆਵੇ ਬਟ ਮੈਂ ਸਟੂਡੈਂਟ ਨੂੰ ਹਮੇਸ਼ਾ ਕਹਾਂਗਾ ਕਿ ਹੌਸਲਾ ਰੱਖੋ ਸੱਚ ਦੀ ਰਾਹ ਤੇ ਚੱਲੀ ਚੱਲੋ ਸਪੈਸ਼ਲੀ ਗੈਪ ਵਾਲੇ ਬੱਚੇ ਗੈਪ ਜਦੋਂ ਫਾਈਲ ਚ ਪੈ ਜਾਂਦਾ ਸਮ ਹੋ ਕੋਈ ਪਾਰਟਿਕੂਲਰ ਰੀਜ਼ ਕੀ ਬੱਚੇ ਕੋਲ ਐਸ ਨਹੀਂ ਕਲੀਅਰ ਹੋ ਰਹੀ ਜਾਂ ਸਮ ਹ ਪਿਛਲੇ ਪਾਸੇ ਵਿੱਚ ਵੀਜ਼ਾ ਨਹੀਂ ਲੱਗਾ ਜਾਂ ਕੋਈ ਪਰਸਨਲ ਪ੍ਰੋਬਲਮ ਸੀ ਜਿਹੜਾ ਗੈਪ ਲੱਗ ਜਾਂਦਾ ਨਾ ਆ ਜਾਂਦਾ ਫਾਈਲ ਦੇ ਵਿੱਚ ਫਿਰ ਬੜੇ ਤਰ੍ਹਾਂ ਦੇ ਸਵਾਸ ਸਟੂਡੈਂਟਸ ਦੇ ਮਨਾਂ ਦੇ ਵਿੱਚ ਆਉਂਦੇ ਕਿ ਵੀਜ਼ਾ ਲੱਗੂਗਾ ਜਾਂ ਨਹੀਂ ਲੱਗੂਗਾ ਕਿ ਉਹਦੇ ਬਾਅਦ ਜਾਂਦਾ ਸੁਪਨਾ ਪੂਰਾ ਹੋਊਗਾ ਕਿਤੇ ਰਹਿ ਤਾਂ ਨਹੀਂ ਜਾਊਗਾ ਫਿਰ ਕੀ ਹੁੰਦਾ ਵੱਖ-ਵੱਖ ਤਰ੍ਹਾਂ ਦੀਆਂ ਬੱਚੇ ਨੂੰ ਸਲਾਹ ਜਿਹੜੀਆਂ ਕਿਆਂ ਦਿੱਤੀਆਂ ਜਾਂਦੀਆਂ ਕਿ ਡਿਪਲੋਮਾਸ ਬਣਾ ਲਾ ਫੇਕ ਡਿਗਰੀਜ਼ ਬਣਾ ਲਾ ਐਕਸਪੀਰੀਐਂਸ ਲਾ ਲਾ ਜਿਹੜੇ ਛੋਟੇ-ਛੋਟੇ ਡਿਪਲੋਮਾਸ ਹੁੰਦੇ ਕੰਪਿਊਟਰ ਸਰਟੀਫਿਕੇਟ ਉਹ ਲਾ ਲਾ ਪਰ ਇੱਕ ਛੋਟੀ ਜੀ ਚੀਜ਼ ਮੈਂ ਤੁਹਾਨੂੰ ਐਡਵਾਈਸ ਦੇਣਾ ਚਾਹੂੰਗਾ ਬਾਕੀ ਇਹ ਤੁਹਾਡਾ ਪਰਸਨਲ ਡਿਸੀਜਨ ਆ ਹੋ ਸਕਦਾ ਕੋਈ ਕਿਸੇ ਤਰ੍ਹਾਂ ਦਾ ਇਦਾਂ ਫੇਕ ਡਿਗਨੀਟ ਵਿਲੋਮੈਂਟ ਵੀਜ਼ਾ ਆ ਵੀ ਚੁੱਕਿਆ ਹੋਵੇ ਬਟ ਮੈਂ ਕਹਿੰਦਾ ਉਹਨਾਂ ਉਸ ਬੱਚੇ ਨੂੰ ਪੁੱਛੋ ਜਿਹੜਾ ਬੱਚਾ ਕਿਤੇ ਨਾ ਕਿਤੇ ਸਮਾਉ ਹੋਈ ਨਾ ਚੱਕਰਾਂ ਕਰਕੇ ਸਟਕ ਹੋ ਗਿਆ ਇੱਕ ਵੀਜ਼ਾ ਦਿਖਾ ਕੇ ਕਿ ਅਸੀਂ ਇਦਾਂ ਦੇ ਬਹੁਤੇ ਵੀਜ਼ੇ ਲਏ ਆ ਉਹਦੇ ਤੋਂ ਬਾਅਦ ਕਿੰਨੇ ਹੋਰ ਬੱਚਿਆਂ ਦਾ ਇਹਦੀ ਪ੍ਰੋਫਾਈਲ ਖਰਾਬ ਹੋਈ ਆ ਉਹ ਚੀਜ਼ ਜ਼ੂਰ ਮੈਟਰ ਕਰਦੀ ਆ ਸਾਡਾ ਕੰਮ ਕਰਨ ਦਾ ਮੈਂ ਕਹੂੰਗਾ ਆਪਣਾ ਇੱਕ ਤਰੀਕਾ ਕਿ ਹਾਂ ਵੀ ਪ੍ਰੋਫਾਈਲ ਤੇ ਸੱਚ ਬੋਲੋ ਬਿਲਕੁਲ ਵੀ ਝੂਠ ਨਾ ਬੋਲੋ ਤੇ ਜਰੂਰ ਸੁਣਿਆ ਜਾਂਦਾ ਤੁਹਾਡਾ ਸੱਚ ਜਿਹੜਾ ਹੁੰਦਾ ਵੀਜ਼ਾ ਆਫੀਸਰ ਦਾ ਸਮਝਣ ਦੀ ਲੋੜ ਆ ਕਿ ਵੀਜ਼ਾ ਆਫੀਸਰ ਦੀ ਡਿਊਟੀ ਹੈ ਕਿ ਆ ਸਾਡੀ ਪ੍ਰੋਫਾਈਲ ਤੇ ਨੁਕਸ ਲੱਭਣਾ ਕੋਈ ਫਾਲਟ ਲੱਭਣਾ ਕਮੀ ਲੱਭਣਾ ਜੇ ਨਹੀਂ ਲੱਭੀ ਤੇ ਵੀਜ਼ਾ ਲੱਭ ਗਿਆ ਤਾਂ ਰਿਫਿਊਜ਼ਲ ਆ ਸੋ ਅੱਜ ਮੈਂ ਤੁਹਾਡੀ ਪੋਜ਼ਿਟਿਵਿਟੀ ਲਈ ਕੇਸ ਸਟਡੀ ਸਾਂਝੀ ਕਰਨੀ ਹੈ ਜਿਹੜੀਆਂ ਸਾਡੀਆਂ ਤਿੰਨ ਪੀਪੀਐਸ ਜਿਹੜੀਆਂ ਸਾਨੂੰ ਆ ਥੋੜੇ ਦਿਨਾਂ ਚ ਰਿਸੀਵ ਹੋਈਆਂ ਸੋ ਆ ਸਟੂਡੈਂਟਸ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਆ ਕਿ ਹਾਂ ਵੀ ਜੇ ਸਾਡੀ ਪ੍ਰੋਫਾਈਲ 'ਚ ਗੈਪ ਆ ਜਾਂ ਸਮ ਹਾਉ ਕਿਤੇ ਨਾ ਕਿਤੇ ਰਿਫਿਊਜਸ ਲੱਗੀਆਂ ਮੈਂ ਹੁਣ ਕੀ ਕਰਾਂ ਮੇਰੇ ਤੋਂ ਕਿਹੜਾ ਹੁਣ ਰਾਹ ਬਚਦਾ ਵਾ ਤੇ ਮੈਂ ਸਟੂਡੈਂਟ ਨੂੰ ਹਮੇਸ਼ਾ ਕਹੂੰਗਾ ਹਮੇਸ਼ਾ ਮੇਰੀ ਤਾਂ ਇਹੀ ਪੋਜ਼ਿਟਿਵਿਟੀ ਹਰ ਬੱਚੇ ਨੂੰ ਦੀ ਬੇਟਾ ਆ ਬਿਲਕੁਲ 100% ਵੀਜ਼ਾ ਦੀ ਗਾਰੰਟੀ ਨਹੀਂ ਮੈਂ ਦਿੰਦਾ ਜੋ ਕਹੂੰਗਾ ਕਿ ਮੇਰੇ ਕੋਲ ਆ ਵੀਜ਼ਾ ਲਵਾ ਕੇ ਦਊਗਾ ਬਟ ਹਾਂ ਮੇਰੇ ਕੋਲ ਆਓ ਵੀਜ਼ੇ ਤੁਹਾਡੀ ਪ੍ਰੋਫਾਈਲ ਤੇ 100% ਮੰਨ ਲਈ ਨਾ ਮਿਹਨਤ ਜ਼ਰੂਰ ਕੀਤੀ ਜਾਏਗੀ ਸੋ ਹਰ ਪ੍ਰੋਫਾਈਲ ਨੂੰ ਆਪ ਆਪਣੀ ਅੰਡਰ ਆਬਜ਼ਰਵੇਸ਼ਨ ਦੇ ਨਾਲ ਅਬਜ਼ਰਵ ਕਰਕੇ ਫਾਈਲ ਐਮਬੈਸੀ ਦੇ ਵਿੱਚ ਜਾਂਦੀ ਆ ਪ੍ਰੋਪਰ ਟੀਮ ਸੋ ਕੇਸ ਸਟਡੀ ਬਹੁਤ ਜ਼ਿਆਦਾ ਜ਼ਰੂਰੀ ਕਰਦੀ ਹੈ ਸੋ ਅੱਜ ਕੇਸ ਸਟਡੀ ਤੁਹਾਨੂੰ ਦੱਸਣਾ ਕੀ ਹੈ ਜਿਹੜੀਆਂ ਤਿੰਨ ਪ੍ਰੋਫਾਈਲਸ ਹੈਗੀਆਂ ਕਿ ਇਹ ਬੱਚੇ ਵੀਜ਼ਾ ਲੈਣ ਦੇ ਵਿੱਚ ਕਿੱਜਾ ਕਾਮਯਾਬ ਹੋਏ ਆ ਤੇ ਬੜਾ ਅਜ ਮੈਂ ਨਾਮ ਨਹੀਂ ਲਾਉਂਗਾ ਸਟੂਡੈਂਟਸ ਦੇ ਕਿਉਂਕਿ ਇਹ ਸਟੂਡੈਂਟਸ ਦੀਆਂ ਪੀਪੀਆਰ ਆਈਆਂ ਪਾਸਪੋਰਟ ਸਟੈਂਪ ਹੋਣ ਨੂੰ ਗਏ ਹੋਏ ਆ ਤੇ ਟੈਸਟੀਮੋਨੀਅਲ ਦੇ ਨਾਲ ਬੱਚੇ ਜ਼ਰੂਰ ਦੱਸਣਗੇ ਕਿਉਂਕਿ ਪਿੱਛੇ ਦੇ ਇੱਕ ਵੀਡੀਓ ਬਾਈ ਸੀ ਬੱਚੇ ਕਨੇ ਸਰ ਹਜੇ ਮੇਰੇ ਰਿਸ਼ਤੇਦਾਰਾਂ ਨੂੰ ਦੱਸਣਾ ਨਹੀਂ ਸੀਗਾ ਸੋ ਜਦੋਂ ਕਾਫੀ ਬੱਚੇ ਜੁੜਦੇ ਆ ਸੂਏ ਸਿ ショਅ ਦੇ ਨਾਮ ਦੇ ਵਿੱਚੋਂ ਹੀ ਨਿਕਲ ਆਉਂਦਾ ਵਾ ਬੱਚਿਆਂ ਦਾ ਕਿ ਹਾਂ ਅਸਾਂ ਦੇ ਕੋਲ ਇੱਕ ਸਟੂਡੈਂਟ ਸਾਡੀ ਛੋਟੀ ਪੈਂ 10+2 ਕੀਤੀ 2019 ਦੇ ਵਿੱਚ ਇਹਨਾਂ ਨੇ ਕੀਤੀ ਸੀਗੀ 58 ਨਾਟ ਲੈਸਨ 54 ਪੀਟੀ ਦੇ ਸੀਗਾ ਦੋ ਰਿਫਿਊਜਰਸ ਇਹਨਾਂ ਦੀਆਂ ਕੈਨੇਡਾ ਤੋਂ ਲੱਗੀਆਂ ਹੋਈਆਂ ਸੀਗੀਆਂ ਆਸਟ੍ਰੇਲੀਆ ਦਾ ਲੱਗਾ ਹੋਇਆ ਵੀਜ਼ਾ ਇਹਨਾਂ ਨੇ ਕੈਨਸਲ ਕਰਾਇਆ ਸੀਗਾ ਲਾਕਡਾਊਨ ਕਰਕੇ ਟਰੈਵਲ ਨਹੀਂ ਕੀਤੇ ਸੀਗੇ ਤੇ ਬੱਚੇ ਬਹੁਤ ਨਰਾਸ਼ ਹੋ ਚੁੱਕੇ ਸੀਗੇ ਬਟਾ ਹੁਣ ਦੁਬਾਰਾ ਮੈਂ ਕਹੂੰਗਾ ਕਿ 19 ਤੋਂ 22 ਆ 22 ਚੱਲਣ ਦੇ ਆ ਜਦੋਂ ਇਹਨਾਂ ਦਾ ਹੁਣ ਰੀਸੈਂਟ ਜਿਹੜਾ ਕੀ ਹੈ ਜੀ ਵੀਜ਼ਾ ਅਪਰੂਵ ਹੋਇਆ ਸੋ ਅੱਜ ਮੈਂ ਦੱਸ ਦਵਾਂ ਕੋਈ ਫੇਕ ਡਿਪਲੋਮਾਜ਼ ਨਹੀਂ ਲਾਇਆ ਕੋਈ ਫੇਕ ਕੋਈ ਐਕਸਪੀਰੀਅੰਸ ਕੋਈ ਬਣਾ ਕੇ ਨਹੀਂ ਲਾਇਆ ਇਹਨਾਂ ਦੀ ਪ੍ਰੋਫਾਈਲ ਨੂੰ ਅਸਲੀਅਤ ਦੱਸੀ ਗਈ ਕਿ ਹਾਂ ਵੀ 19 ਤੋਂ 22 ਦੇ ਵਿੱਚ ਕੀ ਰੀਜ਼ਨ ਸੀਗੇ ਕਿ ਇੰਡੀਆ 'ਚ ਨਹੀਂ ਪੜ ਪਾਇਆ ਹਾਂ ਦੱਸ ਕੇ ਬੇਟਾ ਇਹਨਾਂ ਦੀ ਪ੍ਰੋਫਾਈਲ ਦੇ ਵਿੱਚ ਸਟੂਡੈਂਟ ਨੂੰ ਵੀ ਇਹ ਪਤਾ ਕਿ ਇਹਨਾਂ ਦੀ ਪ੍ਰੋਫਾਈਲ 'ਚ ਦੱਸ ਕੇ ਕਿ ਹਾਂ ਜੀ ਆਸਟ੍ਰੇਲੀਆ ਤੋਂ ਵੀ ਵੀਜ਼ਾ ਲੱਗਾ ਹੋਇਆ ਸੀਗਾ ਪਰ ਹਾਂ ਟਰੈਵਲ ਨਹੀਂ ਕੀਤਾ ਪਿਛਲੀਆਂ ਰਿਫਿਊਜ਼ਸ ਕੀ ਸੀ ਇੰਡੀਆ 'ਚ ਪੜਾਈ ਕਿਉਂ ਨਹੀਂ ਸਟਾਰਟ ਕੀਤੀ ਤੇ ਛੋਟੀ ਤੇ ਛੋਟੀ ਐਕਸਪਲੇਨੇਸ਼ਨ ਦੇ ਕੇ ਸਟੂਡੈਂਟ ਦਾ ਵੀਜ਼ਾ ਆਇਆ ਤੇ ਇੱਕ ਸਟੂਡੈਂਟ ਹੋਰ ਆ ਸਾਡੇ 10 58% ਇਹਨਾਂ ਦੇ ਓਵਰਆਲ ਮਾਰਕਸ ਆ 49% ਇਹਨਾਂ ਦੇ కెਮਿਸਟਰੀ ਦੇ ਵਿੱਚ ਤੁਸੀਂ ਆ ਨਾਨ ਮੈਡੀਕਲ ਦੇ ਸਟੂਡੈਂਟ ਆ ਆਸ ਦੇ ਸਟੂਡੈਂਟ ਆ 6 each ਇਹਨਾਂ ਦੇ ਨੰਬਰ ਆਏ ਸੀਗੇ ਤੇ ਇਹ ਵੀ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਏ ਆ ਸੋ ਸੇਮ ਚੀਜ਼ ਹੋਈ ਬੜਾ ਸੋ ਜਸਟੀਫਿਕੇਸ਼ਨਸ ਦਿੱਤੀਆਂ ਗਈਆਂ ਕਿ ਮੈਂ ਜਸਟੀਫਿਕੇਸ਼ਨ ਦੇ ਬਾਅਦ ਚਾਹਾਂਗਾ ਕਿਹੜੀਆਂ ਜਸਟੀਫਿਕੇਸ਼ਨਸ ਇੱਕ ਪ੍ਰੋਫਾਈਲ ਹੋ ਰਹੀ ਹੈ ਜਿਹੜੀ 2016 ਪਾਸ ਆਊਟ ਬੀਐਸਸੀ ਨਾਨ ਮੈਡੀਕਲ ਇਹਨਾਂ ਨੇ ਕੀਤੀ ਹੋਈ ਇਹ ਤਿੰਨ ਵਾਰੀ ਰਿਫਿਊਜ਼ ਹੋ ਸੀਗੇ ਦੋ ਵਾਰੀ ਆਈਬੀਐਮ ਇੱਕ ਵਾਰੀ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚੋਂ ਤੇ ਦੋ ਵਾਰੀ ਇਹਨਾਂ ਨੇ ਪੈਕੇਜ ਵੀ ਕੀਤਾ ਸੀਗਾ ਪ੍ਰਾਈਵੇਟ ਕਾਲਜ ਦੇ ਵਿੱਚ ਤੇ ਜਦੋਂ ਕਰਕੇ ਇਹ ਰਿਫਿਊਜ਼ ਵੀ ਹੋਏ ਸੀਗੇ ਤੇ ਮੈਂ ਦੱਸ ਦਵਾਂ ਸੀਬੀਯੂ ਦੇ ਵਿੱਚ ਬਿਜ਼ਨਸ ਐਨਾਲਿਟਿਕ ਦੇ ਕੋਰਸ ਦੇ ਨਾਲ ਅਪਲਾਈ ਕਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਕਿ ਵੀਜ਼ਾ ਰਿਸੀਵ ਹੋਇਆ ਵਾ ਸੋ ਬੜਾ ਮੈਂ ਗੈਪ ਦੀ ਗੱਲ ਟ੍ਰੈਂਡ ਦਾ ਤੇ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਕਿ ਉਹ ਕੰਪੀਟੀਟਿਵ ਗੁੱਡ ਹਾਂ ਬੜੀਆ ਆ ਰਿਹਾ ਸੋ ਪੀਪੀਐਸ ਰਿਫਿਊਜ਼ਲ ਤਾਂ ਹਮੇਸ਼ਾ ਜਿਹੜਾ ਵੀਜ਼ਾ ਦਾ ਪ੍ਰੋਸੈਸ ਦਾ ਪਾਰਟ ਹੈਗਾ ਤੇ ਬਟ ਜੇ ਆ ਪ੍ਰੋਫਾਈਲ ਸਰਵਿਸਸ ਲੈ ਸਕਦੇ ਆ ਬਿਲਕੁਲ ਤੁਹਾਡਾ ਵੀ ਵੀਜ਼ਾ ਵੀ ਕਿਸੇ ਟਾਈਮ ਜ਼ਰੂਰ ਆ ਸਕਦਾ ਸੋ ਫਰੈਸ਼ ਪ੍ਰੋਫਾਈਲ ਤੇ ਬਟਾ ਵੀਜ਼ਾਸ ਲਾਈ ਰਹੀਆਂ ਸੋ ਜੇਕਰ ਅਪ ਟੂ ਦਾ ਮਾਰਕ ਸਾਰਾ ਕੁਝ ਕੀਤੇ ਹੋਇਆ ਬਟ ਮੇਰੀ ਇੱਕੋ ਡਵਾਈਸ ਆ ਟਾਈਮਲੀ ਅਪਲਾਈ ਕਰੋ ਡੈਫਰ ਲੈਟਰਾਂ ਜੇ ਤੁਸੀਂ ਜਿਹੜੇ ਬੱਚਿਆਂ ਦਾ ਰਿਜ਼ਲਟ ਨਹੀਂ ਆ ਮੇਨ ਡੈਫਰ ਲੈਟਰ ਜਾਂ ਆਨਲਾਈਨ ਕਲਾਸੇ ਦੀ ਐਨਰੋਲਮੈਂਟ ਜ਼ਰੂਰ ਅਪਡੇਟ ਕਰੋ ਤੁਹਾਡਾ ਵੀ ਰਿਜ਼ਲਟ ਦੀ ਉਮੀਦ ਛੇਤੀ ਕਰ ਸਕਦੇ ਆ ਤੋਂ ਮੈਂ ਗੈਪ ਤੇ ਵੀ ਥੋੜਾ ਜਿਆਦਾ ਡਿਸਕਸ਼ਨ ਕਰਨਾ ਚਾਹੂਗਾ ਕਿ ਜਿਹੜਾ ਗੈਪ ਦਾ ਮੁੱਦਾ ਹੁੰਦਾ ਸੋ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਪਿੰਡਾਂ ਤੋਂ ਬਿਲੋਂਗ ਕਰਦੇ ਆ ਖਾਸ ਕਰ ਉਹ ਜਿਹਨੇ ਪ੍ਰੋਬਲਮ ਹੁੰਦੀ ਸਰ ਮੈਂ ਗੈਪ ਕੀ ਬਣਾਵਾ ਸੋ ਬਟਾ ਮੈਂ ਤਾਂ ਕਹਿੰਦਾ ਹੁੰਦਾ ਘਰਾਂ ਦੇ ਵਿੱਚ ਖਾਸ ਕਰ ਪਿੰਡਾਂ ਦੇ ਵਿੱਚ ਬਹੁਤ ਘੱਟ ਹੁੰਦੇ ਆ ਪੇਰੈਂਟਸ ਹੀ ਖੇਤੀਬਾੜੀਆਂ ਦੇ ਵਤਨ ਮੈਂ ਰਿਐਲਿਟੀ ਦੀ ਗੱਲ ਦੱਸਾਂ ਕਿ ਇਹ ਚੀਜ਼ਾਂ ਅਸੀਂ ਦੱਸ ਕੇ ਫਾਈਲਸ ਦੇ ਵਿੱਚ ਦੱਸ ਕੇ ਬਹੁਤ ਸਾਰੇ ਬੱਚੇ ਨੇ ਵੀਜ਼ਾਸ ਲੈ ਕਿਉਂਕਿ ਸੱਚ ਸੁਣਿਆ ਜਾਂਦਾ ਆਪਣੀ ਫਾਈਲ ਦੇ ਵਿੱਚ ਉਹ ਚੀਜ਼ਾਂ ਲਿਖੋ ਆਪਣੀ ਪ੍ਰੋਫਾਈਲ ਦੇ ਵਿੱਚ ਉਹ ਚੀਜ਼ਾਂ ਦੀ ਜਸਟੀਫਾਈ ਕਰਦੇ ਕਿ ਜਿਹੜੀ ਕਿ ਹਜਮ ਹੋ ਸਕੇ ਜਿਹੜੀ ਕਿ ਲੱਗ ਸਕੇ ਕਿ ਹਾਂ ਵੀ ਇਹ ਸੱਚ ਬੋਲਦਾ ਵਾ ਜੇਕਰ ਦਾ ਪੈਸੇ ਦੇ ਕੇ ਇਹ ਡਿਗਰੀਆਂ ਡਿਪਲੋਮੇ ਵੈਲਿਡ ਹੁੰਦੇ ਹੋਣ ਤੇ ਕੌਣ ਜਾ ਕੇ ਡਿਗਰੀਆਂ ਕੌਣ ਜਾਵੇ ਯੂਨੀਵਰਸਿਟੀਆਂ ਦੇ ਵਿੱਚ ਅੱਜ ਵੀ ਇੱਕ ਸਾਡੇ ਕੋਲ ਸਟੂਡੈਂਟ ਆਇਆ ਸੀ ਕਹਿੰਦਾ ਸਰ ਫੇਕ ਡਿਗਰੀ ਬਣਾ ਦਿੰਦਾ ਪੈਕੇਜ ਕਰ ਲਓ ਯੂਕੇ ਦਾ ਅਸੀਂ ਵੈਰੀਫਾਈ ਕਰਾ ਕੇ ਦੇਵਾਂਗੇ ਸੋ ਬੇਟਾ ਹੱਥ ਜੋੜ ਕੇ ਉਹ ਸਾਰੇ ਬੱਚਿਆਂ ਨੂੰ ਮਾਫੀ ਹੈ ਕਿਉਂਕਿ ਮੇਰੇ ਕੋਲ ਚਾਹੇ ਸਟੈਪ ਬਾਈ ਸਟੈਪ ਹੀ ਹੋਵੇ ਚਾਹੇ ਪੈਕੇਜ ਦਾ ਚਲੋ ਦੂਰ ਦੀ ਗੱਲ ਹੈਗੀ ਕਿ ਨਹੀਂ ਮੈਂ ਕ ਜੇ ਬੈ ਨਹੀਂ ਲੱਗਿਆ ਨਾ ਬੱਚੇ ਦੇ ਪੈਸੇ ਵਾਪਸ ਆਉਣੇ ਤੇ ਸਾਰੀ ਜ਼ਿੰਦਗੀ ਖਰਾਬ ਹੋਣੀ ਆ ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਬਚੋ ਤੇ ਗੈਪ ਕਰੀ ਇਦਾਂ ਨਹੀਂ ਹੁੰਦਾ ਮੈਂ ਕਹਿੰਦੀ ਕੁਝ ਨਹੀਂ ਕੀਤਾ ਕੁਝ ਨਾ ਕੁਝ ਤਾਂ ਆਪਾਂ ਪ੍ਰੋਫਾਈਲ ਦੇ ਵਿੱਚ ਚਾਹੇ ਆਪਾਂ ਆਪਣੇ ਪੇਰੈਂਟਸ ਦੇ ਕਿਸੇ business ਦੇ ਵਿੱਚ ਇਨਵੋਲ ਰਹੇ ਚਾਹੇ ਆਪਾਂ ਆਪਣੇ ਪੇਰੈਂਟਸ ਦੇ ਨਾਲ ਕੁਝ ਨਾ ਕੁਝ ਫੈਮਿਲੀ ਦੇ ਵਿੱਚ ਕੋਈ ਇਦਾਂ ਨਹੀਂ ਇਨਸੀਡੈਂਟ ਹੋਏ ਕਿ ਆਪਾਂ ਪਾੜੀ ਨਹੀਂ ਸਕੇ ਕੋਈ ਇਦਾਂ ਦਾ ਅਨਫੋਰਚੂਨੇਟ ਇਨਸੀਡੈਂਟ ਉਸ ਟਾਈਮ ਦੇ ਵਿੱਚ ਆਪਣੇ ਨਾਲ ਵਾਪਰਿਆ ਉਹ ਉਹ ਚੀਜ਼ਾਂ ਨੂੰ ਆਪਣੇ SOP ਤੁਸੀਂ ਲਿਖ ਸਕਦੇ ਆ ਸੋ ਇੱਕ ਇਹੀ ਇੱਕ ਰੀਜ਼ਨ ਆ ਸੋ ਮੈਂ ਅਕੱਲ ਦੇ ਸਟੂਡੈਂਟਸ ਦੇ ਨਾਲ ਕਿ ਕੇਸ ਸਟਡੀ ਕੀਤੀ ਜਾਨੀ ਡੀਪ ਦੇ ਵਿੱਚ ਸੋ ਕੋਈ ਜੇ ਪੁਆਇੰਟਸ ਲੱਭਦਾ ਪੋਜ਼ਿਟਿਵ ਜਰੂਰ ਇੰਪਲੀਮੈਂਟ ਕੀਤੇ ਜਾਂਦੇ ਆ ਸੋ ਵੀਕ ਪ੍ਰੋਫਾਈਲਸ ਵਾਲਿਆਂ ਵੀ ਉਹਨਾਂ ਦੇ ਇਕੱਲੇ ਇਕੱਲੇ ਮਾਰਕਸ ਦੇਖੇ ਜਾਂਦੇ ਆ ਕਿ ਹਾਂ ਵੀ ਰੀਜ਼ਨ ਇਹ ਸੀ ਘਟ ਗਿਆ ਹੈ ਸੋ ਗੱਲਾਂ ਬਾਤਾਂ ਨਾਲ ਵੀਜ਼ਾ ਆਉਂਦਾ ਸੋ ਮੈਂ ਦੁਬਾਰਾ ਕਹਾਂਗਾ ਇਨ ਸ਼ਾਰਟ ਤੇ ਗੱਲਾਂ ਬਾਤਾਂ ਕਿਹੜੀਆਂ ਤੁਸੀਂ ਐਸਓਪੀ ਦੇ ਵਿੱਚ ਕੀ ਗੱਲਾਂ ਬਾਤਾਂ ਲਿਖਦੇ ਆ ਉਹ ਟੈਕਨੀਕਲੀ ਸਟਰੋਂਗ ਹੈਗੀਆਂ ਫੈਕਟਸ ਕਲੀਅਰ ਕਰਦੇ ਆ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਾਉਂਦੀਆਂ ਵਾ ਸੱਚ ਚ ਲੱਗਦਾ ਵਾ ਤੇ ਬਿਲਕੁਲ ਤੁਸੀਂ ਵੀਜ਼ਾ ਲੈਣ ਦੇ ਸੋ ਉਮੀਦ ਕਰਦਾ ਤੁਹਾਡਾ ਵੀਜ਼ਾ ਵੀ ਜਲਦੀ ਤੋਂ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਸੇ ਜੇ ਨਹੀਂ ਵੀ ਆਨਫੋਰਚੂਨੇਟ ਇੱਕ ਵਾਰੀ ਜ਼ਰੂਰ ਆ ਕੇ ਮਿਲੋ ਆਪੇ ਆਪਣੇ ਸਵਾਲਾਂ ਦੀ ਲਿਸਟ ਲੈ ਕੇ ਆਓ ਡਾਊਟ ਕਲੀਅਰ ਕਰਾਓ ਥੈਨ ਆਪਣੀ ਕਿਸਮਤ ਸਾਡੇ ਹੱਥਾਂ ਚ ਦੇ ਦੋ ਸੋ ਵਾਈ ਗੁਰੂ ਕਹਿੰਦੇ ਜ਼ਰੂਰ ਜਿਹੜੇ ਬੱਚਿਆਂ ਦਾ ਵੀਜ਼ਾ ਸਾਡੇ ਕੋਲ ਉਹਨਾਂ ਨੇ ਸਾਡੇ ਤੇ ٹرسٹ ਕੀਤਾ ਤੇ ਹਰ ਬੱਚੇ ਦਾ ਵੀਜ਼ਾ ਜ਼ਰੂਰ ਆਵੇ ਵਾਰ ਤੋਂ ਬਾਅਦ ਬੱਚਿਆਂ ਦੇ ਵੀਜ਼ਾ ਜ਼ਰੂਰ ਆਣ ਸੋ ਤੁਹਾਨੂੰ ਕੋਈ ਵੀ ਡਾਊਟ ਹੈਗਾ ਤੁਸੀਂ ਐਸੀ ਡਿਸਪਲੇ ਹੁੰਦੇ ਨੰਬਰ ਤੇ ਸਾਡੀ ਟੀਮ ਨਾਲ ਜਦੋਂ ਮਰਜੀ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ